ਇੱਥੇ ਇਹ ਦੱਸਣਯੋਗ ਹੈ ਕਿ ਜਿਸ ਕਮਰੇ ਵਿੱਚੋਂ ਮਹਿਲਾ ਨੇ ਕੂੜਾ ਕਰਕਟ ਸਮਝ ਕੇ ਰਿਕਾਰਡ ਚੋਰੀ ਕੀਤਾ ਹੈ ਉਸ ਕਮਰੇ ਨੂੰ ਦੇਖ ਕੇ ਬਾਖੂਬੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਉਂਕਿ ਕਮਰੇ ਦੀ ਹਾਲਤ ਕਾਫੀ ਖਸਤਾ ਸਥਿਤੀ ਵਿੱਚ ਸੀ ਜਿੱਥੇ ਗੰਦਗੀ ਦੀ ਭਰਮਾਰ ਸੀ ਅਤੇ ਇਹ ਮਹਿਲਾ ਜੋ ਪੁਲਿਸ ਦੀ ਗ੍ਰਿਫਤ ਵਿੱਚ ਆਈ ਹੈ ਉਸਦਾ ਨਾਮ ਕਮਲਾ ਉਰਫ ਮਾਇਆ ਹੈ ਜੋ ਕਿ ਆਪਣੀ ਸਾਥੀ ਮਹਿਲਾਵਾਂ ਦੇ ਨਾਲ ਇਸ ਰਿਕਾਰਡ ਨੂੰ ਭਾਰੀ ਮਾਤਰਾ ਵਿੱਚ ਪੰਡਾਂ ਵਿੱਚ ਬੰਨ ਕੇ ਥ੍ਰੀ ਵੀਲਰ 'ਤੇ ਲੋਡ ਕਰਦਿਆਂ ਲਿਜਾਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਇਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਜਦੋਂ ਕਿ ਇਸ ਦੀਆਂ ਸਾਥਣਾਂ ਮੌਕੇ ਤੋਂ ਭੱਜ ਗਈਆਂ ਇਸ ਬਾਰੇ SHO ਥਾਣਾ ਸਿਵਲ ਲਾਈਨ ਪੁਲਿਸ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਉਹਨਾਂ ਵੱਲੋਂ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਇਹ ਜਨਮ ਮੌਤ ਦਾ ਰਿਕਾਰਡ ਲੈ ਕੇ ਜਾ ਰਹੀ ਸੀ ਜੋ ਕਿ ਸਿਵਲ ਸਰਜਨ ਵਿਭਾਗ ਵੱਲੋਂ ਦਫ਼ਤਰ ਦੇ ਇੱਕ ਕਮਰੇ ਵਿੱਚ ਰੱਖਿਆ ਗਿਆ ਸੀ ਬਾਕੀ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਹੀ ਕੁਝ ਆਖਿਆ ਜਾ ਸਕਦਾ ਹੈ ਸਾਡੇ ਕੋਲ ਡਾਕਟਰ ਹਰੀਸ਼ ਮਿਤਰਾ ਜੀ ਨੇ ਇਨਫੋਰਮੇਸ਼ਨ ਦਿੱਤੀ ਕਿ CMO ਦਫ਼ਤਰ ਦਾ ਜੋ ਜਨਮ ਮੌਤ ਦਾ ਰਿਕਾਰਡ ਹੈ ਉਹਦਾ ਬੰਦ ਕਮਰੇ ਦੇ ਵਿੱਚ ਪਿਆ ਸੀਗਾ ਕੱਲ੍ਹ ਸ਼ਾਮ ਦੇ ਟਾਈਮ ਕੋਈ ਲੇਡੀਜ਼ ਜਿਹੜੀਆਂ ਸੀ ਕੂੜਾ ਵਗੈਰਾ ਚੁੱਕ ਰਹੀਆਂ ਸੀਗੀਆਂ ਕੂੜਾ ਕਰਕਟ ਚੁੱਕਣ ਵਾਲੀਆਂ ਉਹ ਕਿਤੇ ਐਂਟਰ ਹੋਈਆਂ ਉਹਦੇ ਵਿੱਚ ਜਾਲੀ ਤੋੜ ਕੇ ਅਤੇ ਉਹਨਾਂ ਨੇ ਉਹ ਸਮਾਨ ਜਿਹੜਾ ਸੀਗਾ ਪੰਡਾਂ ਦੇ ਵਿੱਚ ਬੰਨ੍ਹ ਕੇ ਲੈ ਕੇ ਜਾ ਰਹੀਆਂ ਸੀਗੀਆਂ ਇਨਫੋਰਮੇਸ਼ਨ ਮਿਲਣ 'ਤੇ ਸਾਡੇ ਇੰਚਾਰਜ ਮਾਲਟਾਉਣ ਇਮੀਜੀਏਟਲੀ ਮੌਕੇ 'ਤੇ ਪਹੁੰਚੇ ਅਤੇ ਉਹਨਾਂ ਨੇ ਸਮੇਤ ਲੇਡੀਜ਼ ਅਤੇ ਸਮੇਤ ਉਹ ਥ੍ਰੀ ਵੀਲਰ ਜਿਹਦੇ ਵਿੱਚ ਸਮਾਨ ਪਿਆ ਸੀਗਾ ਸਾਰਾ ਜਿਹੜਾ ਕਵਰ ਕਰ ਲਿਆ ਇਹਨਾਂ ਦੇ ਖਿਲਾਫ਼ ਅਸੀਂ ਕੇਸ ਰਜਿਸਟਰ ਕਰ ਲਿਆ ਇਨਵੈਸਟੀਗੇਸ਼ਨ ਕਰਾਂਗੇ ਵੀ ਹੋਰ ਕਿਹੜੇ ਕਿਹੜੇ ਇਹਦੇ ਵਿੱਚ ਸ਼ਾਮਿਲ ਸੀਗੇ ਪਲੱਸ ਜੋ ਕੁਛ ਵੀ ਇਹਨਾਂ ਨੇ ਹੋਰ ਕਿਤੇ ਸਮਾਨ ਰੱਖਿਆ ਹੋਇਆ ਉਹਦੀ ਰਿਕਵਰੀ ਕਰਾਂਗੇ ਉਧਰ ਇਸ ਬਾਰੇ ਸਿਵਲ ਸਰਜਨ ਡਾਕਟਰ ਸੁਬੋਧ ਗੁਪਤਾ ਦਾ ਆਖਣਾ ਹੈ ਕਿ ਦੋਸ਼ੀ ਮਹਿਲਾ ਨੇ ਰਿਕਾਰਡ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਆਖਿਆ ਕਿ ਉਹ ਸਾਰਾ ਰਿਕਾਰਡ ਥਾਣੇ ਵਿੱਚੋਂ ਹਾਸਿਲ ਕਰ ਰਹੇ ਨੇ ਜਿਸ ਨੂੰ ਦੇਖ ਕੇ ਹੀ ਰਿਕਾਰਡ ਬਾਰੇ ਦੱਸਿਆ ਜਾ ਸਕਦਾ ਹੈ ਪਰ ਜਦੋਂ ਉਹਨਾਂ ਤੋਂ ਬੰਦ ਕਮਰੇ ਵਿੱਚ ਮਾੜੀ ਹਾਲਤ ਵਿੱਚ ਰਿਕਾਰਡ ਰੱਖੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਕਿ ਉਹ ਵੀ ਆਮ ਦਫ਼ਤਰ ਦੇ ਕਮਰਿਆਂ ਵਾਂਗ ਇੱਕ ਕਮਰਾ ਹੈ ਕੁਝ ਰੈਕ ਪਿੱਕਰ ਸੀਗੇ ਜਿਨ੍ਹਾਂ ਨੇ ਸਾਈਡ ਦੀਵਾਰ ਦੇ ਉੱਤੇ ਜੋ ਕੰਡੇਦਾਰ ਤਾਰ ਲੱਗੀ ਸੀ ਉਸ ਦੇ ਵਿੱਚੋਂ ਦੀ ਲੰਘ ਕੇ ਅਤੇ ਸਾਈਡ ਤੋਂ ਵਿੰਡੋ ਨੂੰ ਤੋੜ ਕੇ ਕੁਛ ਰਿਕਾਰਡ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਰਿਕਾਰਡ ਉਹਨਾਂ ਨੇ ਜੋ ਇਸ ਤੋਂ ਪਹਿਲਾਂ ਕਿ ਉਹ ਕੋਈ ਰਿਕਾਰਡ ਕਿਸੇ ਪਾਸੇ ਲੈ ਜਾਂਦੇ ਉਹ ਸਪੋਟ ਆਊਟ ਹੋ ਗਏ ਸੀਗੇ ਅਤੇ ਉਹਨਾਂ ਨੂੰ ਪਕੜ ਲਿਆ ਗਿਆ ਉਹ ਇਸ ਮੌਕੇ ਸਪੁਰਦਾਰੀ ਥਾਣੇ ਦੇ ਵਿੱਚ ਨੇ ਰਿਕਾਰਡ ਅਸੀਂ ਥਾਣੇ ਤੋਂ ਹਾਸਲ ਕਰ ਰਹੇ ਹਾਂ ਵਾਪਸ ਅਤੇ ਉਹਨਾਂ ਨੇ ਪੁਲਿਸ 'ਤੇ FIR ਦਰਜ ਕਰਕੇ ਉਹਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਰਿਕਾਰਡ ਪ੍ਰਾਪਤ ਹੋਣ 'ਤੇ ਵਾਪਸ ਅਤੇ ਫਿਰ ਹੀ ਪਤਾ ਲੱਗੇਗਾ ਕਿ ਕਿਹੜਾ ਕਿਹੜਾ ਰਿਕਾਰਡ ਸੀ ਜੋ ਉਹਨਾਂ ਨੇ ਚੋਰੀ ਕੀਤਾ ਪਟਿਆਲਾ ਤੋਂ ਜਾਂ TV ਨਿਊਜ਼ ਦੇ ਲਈ ਬਲਜੀਤ ਸਰਨਾ ਦੀ